ਸੀਟ ਬੈਲਟ ਲਾਉਣ ਦਾ ਫਾਇਦਾ ਕਿ ਜਿਹੜੀ ਸੀਟ ਬੈਲਟ ਹੈ ਜਿਹੜੇ ਅੱਗੇ ਜਾਂ ਪਿੱਛੇ ਸੀ ਜਿਹੜੇ ਲਾਉਂਦੇ ਸੀਟ ਬੈਲਟ ਉਹਦੇ ਬੈਨੀਫਿਟ ਕੀ ਨੇ? ਅਤੇ ਜੇ ਕਿਉਂਕਿ ਜੇ ਸੀਟ ਬੈਲਟ ਸਾਡੇ ਲੱਗੀ ਹੁੰਦੀ ਹੈ ਤਾਂ ਸਾਡਾ ਗੁਬਾਰਾ ਖੁੱਲ੍ਹੇਗਾ ਜਿਹੜਾ ਸਾਡੇ ਸੇਫ ਰੱਖਦਾ ਜੋ ਮੰਨ ਲਓ ਸੀਟਾਂ ਸੁੱਟਦਾ ਜੋ ਕੋਈ ਰੋਡ ਐਕਸੀਡੈਂਟ ਹੁੰਦਾ। ਨੰਬਰ ਦੋ, ਇਹ ਜਿਹੜਾ ਸਾਡਾ ਸਿਰ ਜਾ ਕੇ ਗਾਹ ਨਹੀਂ ਵੱਜਦਾ, ਬਰਾਬਰ ਵਾਲੇ ਨੂੰ ਸੀਟ ਬੈਲਟ ਲਾਓ, ਜਿਹੜੇ ਪਿੱਛੇ ਵੀ ਹੈ ਸੀਟਾਂ ਦੇ ਬੈਠੇ ਉਹਨਾਂ ਨੂੰ ਸੀਟ ਬੈਲਟ ਲਵਾਓ, ਕਿਉਂਕਿ ਰੋਡ ਐਕਸੀਡੈਂਟਾਂ ਦੇ ਵਿੱਚ ਜੋ ਸੀਟ ਬੈਲਟ ਨਹੀਂ ਲੱਗੀ ਹੁੰਦੀ ਉਦੋਂ ਹੀ ਸਾਡਾ ਨੁਕਸਾਨ ਹੁੰਦਾ। ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ, ਇਹ ਜਾਗਰੂਕ ਕਰ ਰਹੇ ਹਾਂ ਵੀ ਸੀਟ ਬੈਲਟ ਲਾਓ, ਆਪਦੀ ਸੁਰੱਖਿਆ ਨਾਲ ਜਿਹੜਾ ਸਵਾਰੀ ਬੈਠੀ ਅਤੇ ਬੱਚਾ ਉਹਨੂੰ ਸੀਟ ਬੈਲਟ ਲਓ, ਜਿਹੜਾ ਪਿੱਛੇ ਬੈਠਾ ਉਹਨੂੰ ਸੀਟ ਬੈਲਟ। ਇਹ ਜਿਹੜੇ ਆਪਣੇ ਰਿਸ਼ਤੇਦਾਰ ਨੇ, ਯਾਰ ਦੋਸਤ ਨੇ, ਭੈਣ ਭਰਾ ਨੇ, ਉਹਨਾਂ ਨੂੰ ਵੀ ਦੱਸੋ ਵੀ ਸੀਟ ਬੈਲਟ ਦੇ ਕੀ ਫਾਇਦੇ ਨੇ, ਕਿਉਂਕਿ ਜਦੋਂ ਸੀਟ ਬੈਲਟ ਲੱਗੀ ਤਾਂ ਹੀ ਗੁਬਾਰਾ ਖੁੱਲ੍ਹੇਗਾ, ਨਹੀਂ ਤਾਂ ਗੁਬਾਰਾ ਨਹੀਂ ਖੁੱਲ੍ਹਦਾ। ਨਾਲੇ ਸਾਨੂੰ ਚੱਕੀਏ ਤੋਂ ਬਚਾਉਂਦੀ ਹੈ ਅਤੇ ਸਾਡੇ ਬੱਚਾ ਵੀ ਚੱਕਾ ਵੱਜਦਾ ਅਤੇ ਅਸੀਂ ਇਹਨਾਂ ਨੂੰ ਇਹ ਸਾਨੂੰ ਕਹਿ ਸਕਦੇ ਹਾਂ ਸੀਟ ਬੈਲਟ ਬਹੁਤ ਵਧੀਆ, ਤੁਸੀਂ ਸੀਟ ਬੈਲਟ ਲਾਈ ਸਾਨੂੰ ਖਰਾਬ ਤੋਂ ਅਸੀਂ ਵੇਟ ਕਰ ਰਹੇ ਹਾਂ। ਠੀਕ, ਹੈਲਮਟ ਲਾਇਆ ਇਹ ਬਹੁਤ ਵਧੀਆ ਕੰਮ ਹੈ ਕਿ ਜਿਹੜਾ ਅਸੀਂ ਜਿਹੜਾ ਇੱਕ ਸੈਮੀਨਾਰ ਸਾਡਾ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਜਿਹੜੇ ਹੈਲਮਟ ਦੇ ਹੀ ਫਾਇਦੇ ਨੇ। ਜਦੋਂ ਅਸੀਂ ਰੋਡ 'ਤੇ ਚੱਲ ਰਹੇ ਹਾਂ ਹੈਲਮਟ ਸਾਨੂੰ ਲੱਗਿਆ ਸਿਰ 'ਤੇ, ਜਦੋਂ ਅਸੀਂ ਕੁਝ ਪਰਮਾਤਮਾ ਨਾ ਕਰੇ ਰੋਡ ਐਕਸੀਡੈਂਟ ਜਾਂ ਵੈਸੇ ਕਿਸੇ ਚੀਜ਼ ਨਾਲ ਟਕਰਾ ਕੇ ਥੱਲੇ ਡਿੱਗਦੇ ਹਾਂ, ਜਿਹੜੀ ਸਾਡੀ ਸਿਰ 'ਤੇ ਸੱਟ ਹੈ, ਸਿਰ ਦੀ ਸੱਟ ਸਭ ਤੋਂ ਮਾੜੀ ਸੱਟ ਹੈ। ਇਸ ਕਰਕੇ ਜਿਹੜਾ ਅਸੀਂ ਹੈਲਮਟ ਲਾ ਰਹੇ ਹਾਂ ਇਹਦਾ ਸਾਨੂੰ ਫਾਇਦਾ, ਸਾਡੀ ਸਿਰ ਬਚਾਉਣਾ ਜਿਹੜੀ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਹੈਲਮਟ ਲਾ ਰਹੇ। ਮੈਂ ਇਹ ਚੀਜ਼ ਕਹਿਣਾ ਚਾਹੁੰਦੇ ਹਾਂ ਵੀ ਆਪਦਾ ਕੋਈ ਰਿਸ਼ਤੇਦਾਰ ਵੀ ਆ, ਭੈਣ ਭਰਾ ਜੋ ਵੀ ਹੈ, ਉਹਨੂੰ ਜੋ ਹੈਲਮਟ ਲਾ ਕੇ ਘਰੋਂ ਨਿਕਲੋ, ਵਹੀਕਲ ਚਾਹੇ ਆਪਾਂ 1 ਕਿਲੋਮੀਟਰ ਜਾਣਾ ਚਾਹੇ 2 ਕਿਲੋਮੀਟਰ ਜਾਣਾ, ਲੇਕਿਨ ਦੇਖੋ ਰੋਡ ਐਕਸੀਡੈਂਟ ਦਾ ਕੋਈ ਪਤਾ ਨਹੀਂ ਹੋ। ਜਦੋਂ ਅਸੀਂ ਕਾਫੀ ਕਰੀਬ ਬਾਹਰ ਆਏ ਅਸੀਂ ਟ੍ਰੈਫਿਕ ਨਾਲ ਜੁੜ ਜਾਂਦੇ ਹਾਂ, ਇਸ ਕਰਕੇ ਜੇ ਕੋਈ ਪਿੱਛੇ ਹੀ ਬੈਠਾ ਉਹਨੂੰ ਵੀ ਤੁਸੀਂ ਹੈਲਮਟ ਦਾ ਕਿਹਾ ਕਰੋ ਵੀ ਹੈਲਮਟ ਲਾਓ, ਕਿਉਂਕਿ ਜੇ ਅਗਲੇ ਨੇ ਲਾਏ ਤਾਂ ਪਿਛਲਾ ਵੀ ਲਾਏਗਾ। ਇਸ ਕਰਕੇ ਜਿਹੜੀ ਬਹੁਤ ਵਧੀਆ ਤੁਸੀਂ ਉਹ ਕੰਮ ਕੀਤਾ, ਤੁਹਾਨੂੰ ਇਸ ਕਰਕੇ ਤੁਹਾਨੂੰ ਭੇਟ ਕਰ ਰਹੇ ਜਿਹੜਾ ਤੁਸੀਂ ਹੈਲਮਟ ਲਾਇਆ, ਇਹ ਬਹੁਤ ਵਧੀਆ ਤੁਹਾਡੀ ਬਸ ਚੰਗੀ ਚੀਜ਼ ਹੈ ਅਤੇ ਜਿਹੜਾ ਸਾਡੇ ਸਿਹਤ ਬਚਾਉਂਦਾ। ਸੀਟ ਬੈਲਟ ਨਹੀਂ ਲਾਈ ਤੁਹਾਡੇ ਪਿੰਡਾਂ ਦੇ ਸੀਟ ਬੈਲਟ ਨਹੀਂ ਲੱਗੀ, ਦੇਖੋ ਪਿੱਛੇ ਵੀ ਸੀਟ ਬੈਲਟ ਲੱਗੀ, ਦੇਖੋ ਪਿੱਛੇ ਵੀ ਸੀਟ ਬੈਲਟਾਂ ਦੇਖਤੀਆਂ ਨੇ, ਲੇਕਿਨ ਆਪਾਂ ਸੀਟ ਬੈਲਟ ਨਹੀਂ ਲਾ ਰਹੇ, ਕਿਉਂ ਨਹੀਂ ਲਾ ਰਹੇ ਸੀਟ? ਦੇਖੋ ਆਪਾਂ ਰੋਡ 'ਤੇ ਚੱਲ ਰਹੇ ਵੀਰ ਜੀ, ਕਿ ਰੋਡ ਐਕਸੀਡੈਂਟ ਦੇ ਵਿੱਚ ਜਦੋਂ ਸਾਡੇ ਸੀਟ ਬੈਲਟ ਲੱਗੀ ਸਾਡਾ ਤਾਂ ਹੀ ਗੁਬਾਰਾ ਖੁੱਲ੍ਹੇਗਾ। ਠੀਕ ਹੈ, ਜਿਹੜਾ ਸਾਨੂੰ ਜਿਹੜੀ ਪਿਛਲੀ ਸਵਾਰੀ ਆ ਉਹਨੂੰ ਵੀ ਸੀਟ ਬੈਲਟ ਲਵਾਓ, ਅਤੇ ਤੁਸੀਂ ਆਪ ਹੁਣ ਸੀਟ ਬੈਲਟ ਲਾਓ, ਨਾਲ ਤੁਸੀਂ ਵੀ ਲਾਓ ਪੈਟਰੋਲ ਜੀ, ਕਿਉਂਕਿ ਜੇ ਸੀਟ ਬੈਲਟ ਅਸੀਂ ਲਾਵਾਂਗੇ ਤਾਂ ਸਾਡੀ ਸੁਰੱਖਿਆ ਲੱਗੀ ਹੈ। ਮਾਤਾ ਨੂੰ ਸੀਟ ਬੈਲਟ ਲਵਾਓ, ਜ਼ਰੂਰੀ ਹੈ, ਵਹੀਕਲ ਵਾਲਿਆਂ ਨੇ ਤਾਂ ਹੀ ਪਿੱਛੇ ਸੀਟ ਬੈਲਟਾਂ ਦਿੱਤੀਆਂ, ਅੱਗੇ ਵੀ ਦਿੱਤੀਆਂ, ਇਹਨਾਂ ਸਾਡਾ ਆਪਦੀ ਸੇਫ, ਮਾਤਾ ਵੀ ਸੀਟ ਬੈਲਟ ਲਵਾਓ ਅਤੇ ਆਪਦੇ ਵੀ ਲਾਓ, ਇਹ ਅਸੀਂ ਆਪਦੀ ਸੇਫਟੀ ਕਰਕੇ ਆਪਾਂ ਬਚਣ ਵਾਸਤੇ ਹੈਗੇ। ਸਾਡਾ ਚੱਕਾ ਮਿਸਲ ਕੇ ਦੇਖੀਏ, ਜਿਹੜੀ ਹੈਲਮਟ ਆ ਜਿਹੜਾ ਉਹ ਸਾਡੇ ਸਿਰ ਦੀ ਸੁਰੱਖਿਆ ਕਰੇ। ਠੀਕ ਹੈ, ਇਹ ਨਹੀਂ ਵੀ ਚਲਾਨ ਚਲਾਨਾਂ ਨਾਲ ਹੀ ਸਾਰੇ ਕੰਮ ਹੁੰਦੇ, ਚਲਾਨਾਂ ਨਾਲ ਨਹੀਂ, ਲੇਕਿਨ
ਤੁਸੀਂ ਆਪ ਹੀ ਜਾਗਰੂਕ ਹੋ, ਆਪਣੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਯਾਰ ਦੋਸਤਾਂ ਨੂੰ ਜਾਗਰੂਕ ਰੱਖੋ। ਅਸੀਂ ਘਰੋਂ ਬਾਹਰ ਨਿਕਲੇ ਹਾਂ, ਸਾਨੂੰ ਹੈਲਮਟ ਦੀ ਬਹੁਤ ਜ਼ਰੂਰਤ। ਜੇ ਸਰਦਾਰ ਬੰਦਾ ਜਿਵੇਂ ਮੇਰੇ, ਮੈਂ ਸਰਦਾਰ ਬੰਦਾ, ਮੇਰੇ ਪੱਗ ਰੱਖੀ ਹੈ, ਮੈਂ ਪੱਗ ਬੰਨ ਰਿਹਾ, ਲੇਕਿਨ ਪੱਗ ਪ੍ਰੋਪਰ ਇਹ ਨਹੀਂ, ਉਹ ਲਿਫਾਫਾ ਬੰਨ ਲਿਆ ਜਿਵੇਂ ਲਿਫਾਫੇ ਨਾਲ ਨਹੀਂ ਹੋਈ। ਜਿਹੜੀ ਪੱਗ ਹੈ 8 ਮੀਟਰ ਦੀ ਜਾਂ 7.5 ਮੀਟਰ ਦੀ ਪ੍ਰੋਪਰ ਪੱਗ ਬੱਝੀ ਹੋਈ ਫਿੱਟ ਹੈ। ਨਹੀਂ ਮੋਲੇ ਸ਼ੇਅਰ ਵਾਲੇ ਬੰਦੇ, ਤੁਸੀਂ ਹੈਲਮਟ ਪਾਓ, ਕਿ ਹੈਲਮਟ ਜਿਹੜਾ ਸਾਡੀ ਆਪ ਦੀ ਸੁਰੱਖਿਆ ਕਰਦਾ। ਸਾਡੇ ਨਾਲ ਕਈ ਪਰਿਵਾਰ ਜੁੜੇ ਹੁੰਦੇ ਨੇ, ਇਹ ਚਾਹੇ ਅਸੀਂ ਜਾਗਰੂਕ ਕਰ ਰਹੇ ਹਾਂ। ਇਹ ਜਿਹੜਾ 1 ਮਹੀਨਾ ਅਸੀਂ ਲੋਕਲ ਜਾਗਰੂਕ ਕਰਾਂਗੇ, ਉਸ ਤੋਂ ਬਾਅਦ ਅਸੀਂ ਇਹਨਾਂ ਦੇ ਚਲਾਨ ਵੀ ਕੱਟਾਂਗੇ। ਤੁਸੀਂ ਵੀ ਹੈਲਮਟ ਰੱਖੋ, ਹੁਣ ਤੁਹਾਡੀ ਅੱਖਾਂ 'ਚ ਪਾਣੀ ਨਿਕਲ ਰਿਹਾ, ਲੇਕਿਨ ਜੇ ਤੁਹਾਡੇ ਹੈਲਮਟ ਪਾਇਆ ਹੋਵੇ ਤੁਹਾਡੇ ਚਿਹਰੇ ਨੂੰ ਠੰਡ ਨਹੀਂ ਵੱਜੇ। ਇਸ ਕਰਕੇ ਹੈਲਮਟ ਦਾ ਪ੍ਰਯੋਗ ਕਰੋ, ਆਪ ਸੁਰੱਖਿਅਤ, ਪਰਿਵਾਰ ਸੁਰੱਖਿਅਤ, ਸਾਰੇ ਸੁਰੱਖਿਅਤ। ਰੋਡ ਸੇਫਟੀ ਵੀਕ ਦੇ ਤਹਿਤ ਜਿਹੜਾ ਤੁਸੀਂ ਹੈਲਮਟ ਪਾਇਆ, ਉਹਦੇ ਕੀ ਫਾਇਦੇ ਨੇ, ਇਸ ਸੰਬੰਧੀ ਜੋ ਜਿਹੜੇ ਬੇਹੋ ਵਜੇ ਤੁਸੀਂ ਜਿਹੜਾ ਹੈਲਮਟ ਪਾਇਆ, ਜਿਹੜਾ ਸਾਡੇ ਸਿਹਤ ਨੂੰ ਬਚਾਉਂਦਾ। ਕਿਉਂਕਿ ਰੋਡ 'ਤੇ ਹੀ ਚੱਲਦੇ ਹਾਂ, ਪਰਮਾਤਮਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਕਿੱਥੇ, ਕਈ ਵਾਰੀ ਆਪਦਾ ਚੱਕਾ ਹੀ ਫਿਸਲ ਜਾਂਦਾ ਜਿਹੜਾ ਡਿੱਗਣ ਦਾ, ਸਿਫਟ 7 ਵੱਜਦੀ ਹੈ। ਇਸ ਕਰਕੇ ਜਿਹੜੇ ਤੁਸੀਂ ਹੈਲਮਟ ਪਾਏ ਆ, ਕਹਿੰਦੇ ਬਹੁਤ ਵਧੀਆ, ਕਿਉਂਕਿ ਆਮ ਹੀ ਲੋਕਾਂ ਨੂੰ ਜਾਗਰੂਕ ਕਰੋ, ਜਿਹੜੇ ਤੁਹਾਡੇ ਯਾਰ ਦੋਸਤ ਨੇ, ਬੇਲੀ ਨੇ, ਪਰਿਵਾਰ ਦੇ ਰਿਸ਼ਤੇਦਾਰ ਨੇ, ਟੂ ਵੀਲਰ ਵਹੀਕਲ ਚਲਾ ਰਹੇ ਨੇ, ਉਹ ਆਪਦੇ ਹੈਲਮਟ ਦਾ ਪ੍ਰਯੋਗ ਕਰੋ। ਹੈਲਮਟ ਸਾਡੀ ਇਹ ਹੈਲਪ, ਜੇ ਸਰਦਾਰ ਆ ਪੱਗ ਬੰਨੀ, ਇਹਦਾ ਉਹਦਾ ਬੈਨੀਫਿਟ ਹੈ। ਜਿਵੇਂ ਤੁਸੀਂ ਮੋਨੇ ਜੇ ਹੈਲਮਟ ਪਾਇਆ, ਇਹਦਾ ਬਹੁਤ ਬੈਨੀਫਿਟ ਹੈ, ਕਿਉਂਕਿ ਇਹ ਸਾਡੀ ਸਿਰ ਨੂੰ, ਸੱਟ ਨੂੰ ਬਚਾਉਂਦਾ। ਇਸ ਕਰਕੇ ਤੁਹਾਡੀ ਬਹੁਤ ਵਧੀਆ, ਜਿਹੜਾ ਤੁਸੀਂ ਹੈਲਮਟ ਪਾਇਆ, ਇਸ ਲਈ ਤੁਹਾਡੀ ਬਹੁਤ ਮਿਹਰਬਾਨੀ ਵੀਰ ਜੀ, ਇਹ ਬਹੁਤ ਜ਼ਰੂਰੀ ਹੈ। ਵੀਰ ਜੀ, ਜਿਹੜਾ ਤੁਸੀਂ ਹੈਲਮਟ ਪਾਇਆ, ਇਹਦਾ ਕੀ ਬੈਨੀਫਿਟ? ਇਹਦੇ ਤਾਂ ਬਹੁਤ ਬੈਨੀਫਿਟ ਨੇ, ਸਾਹਿਤ ਤੋਂ ਰੋਕਦਾ, ਇਹੀ ਤਾਂ ਗੱਲ ਹੈ ਵੀ ਜੇ ਅਸੀਂ ਹੈਲਮਟ ਪਾ ਰਹੇ ਹਾਂ, ਇਹਨੇ ਸਾਡੀ ਸਿਹਤ ਦੀ ਸੱਟ ਦਾ ਬਚਾਅ ਹੈ। ਲੇਕਿਨ ਮੈਂ ਛੋਟੇ ਵੀਰ ਪਿਛਲੇ ਨੂੰ ਵੀ ਕਹਿਣਾ ਚਾਹੁੰਦਾ ਵੀ ਅਗਲੀ ਵਾਰੀ ਦੇਖੋ, ਜੇ ਵਹੀਕਲ ਚਲਾ ਰਿਹਾ ਇਕੱਲਾ, ਤਾਂ ਇਹਨੂੰ ਇਹਦੀ ਸੇਫਟੀ, ਜੇ ਤੁਸੀਂ ਪਿੱਛੇ ਬੈਠੇ ਜੇ, ਨੁਕਸਾਨ ਤਾਂ ਫਿਰ ਮਨ ਹੁੰਦਾ ਹੀ ਹੁੰਦਾ। ਇਸ ਕਰਕੇ ਜੇ ਤੁਸੀਂ ਪਿੱਛੇ ਮੇਰੇ ਨੇ ਹੈਲਮਟ ਪਾਇਆ ਆ, ਬਹੁਤ ਵਧੀਆ ਹੋਏਗਾ ਵੀ ਜਿਹੜਾ ਹੈਲਮਟ ਪਾ ਕੇ ਆਪਾਂ ਚੱਲੀਏ, ਜਿਹੜੀ ਠੰਡ ਤੋਂ ਇੱਕ ਸਿਰ ਦੀ ਸੱਟ ਤੋਂ ਬਚਿਆ ਜਾ ਸਕੇ। ਇਹ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਯਾਰ ਦੋਸਤਾਂ ਨੂੰ ਦੱਸੀਏ ਵੀ ਜਿਹੜਾ ਹੈਲਮਟ ਦਾ ਕੀ ਬੈਨੀਫਿਟ। ਉਹ ਮਿਹਰਬਾਨੀ ਹੈ, ਇਹ ਰੋਡ ਸੇਫਟੀ ਆਪਣੇ ਮਹੀਨਾ ਮਨਾ ਰਹੀ ਹੈ ਨਹੀਂ, 15 ਜਨਵਰੀ 2024 ਤੋਂ ਲੈ ਕੇ 14 ਫਰਵਰੀ 2024 ਤੱਕ ਇਹ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਜੀ। ਇਹਦੇ ਤਹਿਤ ਅਸੀਂ ਜਿਹੜੇ ਪ੍ਰੋਗਰਾਮ ਨੇ, DGP ਸਾਹਿਬ ਪੰਜਾਬ ਵੱਲੋਂ ਅਤੇ CM ਸਾਹਿਬ ਚੰਡੀਗੜ੍ਹ ਵੱਲੋਂ ਜਿਹੜੇ ਆਏ ਹੈ, ਮਾਨਯੋਗ SSP ਸਾਹਿਬ ਫਾਜ਼ਿਲਕਾ, DSP ਸਾਹਿਬ ਅਤੁਲ ਸੋਨੀ ਜੀ, ਇਹਨਾਂ ਦੇ ਨਿਸ਼ਾ ਨਿਰਦੇਸ਼ ਮੁਤਾਬਕ ਜਿਹੜਾ ਅਸੀਂ ਇਹ ਮਹੀਨਾ ਮਨਾ ਰਹੇ ਹਾਂ। ਅੱਜ ਜਿਹੜਾ ਸਾਡਾ ਦਿਨ ਸੀ, ਇਹ ਸੀ ਵੀ ਸੇਫਟੀ ਵਾਸਤੇ ਜਿਹੜੇ ਆਪਣੇ ਸੀਟ ਬੈਲਟ ਅਤੇ ਹੈਲਮਟ ਇਹ ਲੋਕ ਲਾਣ, ਜਿਹੜੇ ਨਹੀਂ ਲਾ ਰਹੇ ਉਹਨਾਂ ਨੂੰ ਜਾਗਰੂਕ ਕਰ ਰਹੇ, ਜਿਹੜੇ ਲਾਇਆ ਉਹਨਾਂ ਨੂੰ ਅਸੀਂ ਬਹੁਤ ਧੰਨਵਾਦ ਕਰ ਰਹੇ ਹਾਂ। ਵੀ ਜਿਹੜਾ ਸੀਟ ਬੈਲਟ ਹੈ, ਇਹ ਰੋਡ ਐਕਸੀਡੈਂਟ ਸਾਨੂੰ ਬਚਾਉਂਦੀ ਹੈ, ਕਿਉਂਕਿ ਜਿਹੜਾ ਤਾਂ ਹੀ ਜੇ ਸੀਟ ਬੈਲਟ ਲੱਗੀ ਹੋਈ ਤਾਂ ਹੀ ਗੁਬਾਰਾ ਖੁੱਲ੍ਹੇਗਾ, ਅਤੇ ਜੇ ਹੈਲਮਟ ਸਾਡੇ ਲੱਗਿਆ ਇਹ ਸਾਨੂੰ ਜਿਹੜਾ ਰੋਡ ਐਕਸੀਡੈਂਟ, ਮੰਨ ਲਓ ਅਸੀਂ ਡਿੱਗਦੇ ਵੀ ਹਾਂ, ਜਿਹੜੇ ਸਾਡੇ ਸਿਰ ਦੀ ਸੱਟ ਨੂੰ ਬਚਾਉਂਦਾ, ਇਹਦੇ ਫਾਇਦੇ ਨੇ। ਅਸੀਂ ਮੀਡੀਆ ਰਾਹੀਂ ਇਸ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਵੱਧ ਤੋਂ ਵੱਧ ਹੈਲਮਟ ਪਾਓ, 2 ਵੀਲਰ 'ਤੇ ਅਤੇ 4 ਵੀਲਰ 'ਤੇ ਸੀਟ ਬੈਲਟ ਦਾ ਪ੍ਰਯੋਗ ਕਰੋ,
ਜੇ ਤੁਹਾਡੇ ਨਾਲ ਅੱਗੇ ਬੱਚਾ ਬੈਠਾ ਉਹਨੂੰ ਵੀ ਸੀਟ ਬੈਲਟ ਲਾਓ, ਜੇ ਪਿਛਲੇ ਪਾਸੇ ਸਵਾਰੀ ਬੈਠੀ ਆ ਉਹ ਵੀ ਸੀਟ ਬੈਲਟ ਲਾਵੇ, ਕਿਉਂਕਿ ਆਮ ਧੁੰਦਾਂ ਦੇ ਵਿੱਚ ਰੋਡ ਐਕਸੀਡੈਂਟ ਜ਼ਿਆਦਾ ਹੋ ਰਹੇ ਨੇ। ਇਸ ਕਰਕੇ ਰੋਡ ਐਕਸੀਡੈਂਟ ਤੋਂ ਬਚਣ ਸੰਬੰਧੀ ਇਹ ਸਾਨੂੰ ਸੀਟ ਬੈਲਟ ਅਤੇ ਹੈਲਮਟ, ਟੂ ਵੀਲਰ ਦੇ ਹੈਲਮਟ ਦਾ ਪ੍ਰਯੋਗ ਕਰਨਾ ਚਾਹੀਦਾ। ਅਸੀਂ ਇਹੀ ਸੈਮੀਨਾਰ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਅਗਰ ਫਿਰ ਲੋਕ ਇਸ ਚੀਜ਼ ਤੋਂ ਗੁਰੇਜ਼ ਕਰਨਗੇ, ਮੰਨ ਲਓ ਹੈਲਮਟ ਜਾਂ ਸੀਟ ਬੈਲਟ ਨਹੀਂ ਲਾਉਂਦੇ, ਉਹਨਾਂ ਦੇ ਕਾਨੂੰਨੀ ਕਾਰਵਾਈ ਕਰਕੇ, ਉਹਨਾਂ ਦੇ ਖਿਲਾਫ਼ ਕਾਰਵਾਈ ਕਰਕੇ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ। ਅਤੇ ਅਸੀਂ ਪਹਿਲਾਂ ਤਾਂ ਇਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਇਹ ਜਾਗਰੂਕ ਹੋਣ, ਲੋਕ ਸਾਡਾ ਇਹ ਮਿਸ਼ਨ ਹੈ ਵੀ ਜਿਹੜੇ ਰੋਡ ਐਕਸੀਡੈਂਟ ਹੋ ਰਹੇ ਉਹਨਾਂ ਨੂੰ ਕਿਵੇਂ ਬਚਾਇਆ ਜਾ ਸਕੇ। ਇਹ ਸਾਡੀ ਇਹ ਜਿਹੜੇ ਵਧੀਆ ਕੰਮ ਕਰ ਰਹੇ ਜੀ ਉਹਨਾਂ ਨੂੰ ਅਸੀਂ ਫੁੱਲ ਦਿੱਤੇ, ਇਸੇ ਕਰਕੇ ਵੀ ਉਹ ਲੋਕਾਂ ਨੂੰ ਵੀ ਦੱਸਣ ਵੀ ਤੁਸੀਂ ਹੈਲਮਟ ਪਾਓ, ਵੀ ਸੀਟ ਬੈਲਟ ਲਗਾਓ, ਵੀ ਜਿਹੜੀ ਸਾਡੀ ਸੁਰੱਖਿਆ, ਕਿਉਂਕਿ ਉਹਨਾਂ ਦਾ ਮਾਣ ਸਮਾਨ ਵੱਧਦਾ ਹੈ। ਇਸ ਕਰਕੇ ਮਾਣ ਸਮਾਨ ਵਧਾਉਣ ਵਾਸਤੇ ਉਹਨਾਂ ਨੂੰ ਫੁੱਲ ਦੇ। ਜਿਹੜੀ ਇਹ ਹਾਈਕੋਰਟ ਦੇ ਹੁਕਮਾਂ ਮੁਤਾਬਕ ਜਿਹੜਾ ਵੀ ਉਹਨਾਂ ਦੇ ਮਾਂ ਪਿਓ ਅਤੇ ਪੇਰੈਂਟਸ 'ਤੇ ਕਾਰਵਾਈ ਹੁੰਦੀ ਹੈ, ਬੱਚਿਆਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਮਾਂ ਪਿਓ ਨੂੰ ਵੀ ਜਿਹੜੇ 18 ਸਾਲ ਤੋਂ ਘੱਟ ਬੱਚੇ ਨੇ ਉਹਨਾਂ ਨੂੰ ਵਹੀਕਲ ਨਾ ਚਲਾਉਣ ਦਿਓ, ਕਿਉਂਕਿ ਉਹਦੇ ਵਿੱਚ ਜਦੋਂ ਮੰਨ ਲਓ ਪਰਮਾਤਮਾ ਨਾ ਕਰੇ ਕੋਈ ਰੋਡ ਐਕਸੀਡੈਂਟ ਦੇ ਵਿੱਚ ਹੋਏ, ਉਹਨਾਂ ਦਾ ਉਹਨੂੰ ਕੋਈ ਕਲੇਮ ਨਹੀਂ ਮਿਲਣਾ ਉਹਨਾਂ, ਕਿਉਂਕਿ ਕਲੇਮ ਮਿਲਣਾ ਨਹੀਂ, ਉਹਨਾਂ ਕੋਲ ਲਾਇਸੈਂਸ ਹੈ ਨਹੀਂ। ਇਸ ਕਰਕੇ ਮਾਂ ਪਿਓ 'ਤੇ ਕਾਰਵਾਈ ਹੁੰਦੀ ਹੈ। ਅਸੀਂ ਮੀਡੀਆ ਚੈਨਲ ਰਾਹੀਂ ਇਹ ਅਪੀਲ ਕਰਦੇ ਹਾਂ ਵੀ ਆਪਦੇ ਜਿਹੜੇ 17 ਸਾਲ ਤੋਂ ਘੱਟ ਬੱਚੇ ਨੇ ਉਹਨਾਂ ਨੂੰ ਵਹੀਕਲ ਨਾ ਦਿਉ, 18 ਸਾਲ ਦਾ ਬੱਚਾ ਹੈ ਉਹਦਾ ਲਾਇਸੈਂਸ ਬਣਾਓ, ਉਹਨੂੰ ਵਹੀਕਲ ਚਲਾ, ਉਸ ਤੋਂ ਬਾਅਦ ਉਹ ਵਹੀਕਲ ਚਲਾਵੇ, ਕਿਉਂਕਿ ਇਹ ਵਹੀਕਲ ਜੇ ਉਸ ਨੂੰ ਕਾਨੂੰਨ ਬਾਰੇ ਪਤਾ ਹੋਏਗਾ, ਜਦੋਂ ਉਹਦਾ ਲਾਇਸੈਂਸ ਬਣੇਗਾ ਉਹਨੂੰ ਕਾਨੂੰਨ ਬਾਰੇ ਪਤਾ ਹੋਏਗਾ ਅਤੇ ਉਹ ਸਾਨੂੰ ਵਹੀਕਲ ਹੀ ਚਲਾਏ। ਇਹਦੇ ਵਿੱਚ ਹੀ ਸਾਡੀ ਹਿਫਾਜ਼ਤ ਹੈਗੀ ਹੈ, ਨਾਲ ਦਾ ਜਿਹੜਾ ਬੈਠਾ ਉਹਦੀ ਹਿਫਾਜ਼ਤ ਹੈ, ਡਰਾਈਵਰ ਦੀ ਹਿਫਾਜ਼ਤ ਹੈ, ਅਤੇ ਬੱਚੇ ਬੈਠੇ ਨੇ ਉਹਨਾਂ ਦੀ ਹਿਫਾਜ਼ਤ ਹੈ। ਧੰਨਵਾਦ ਪੁਲਿਸ ਦਾ ਜੋ ਇਹ ਅਭਿਆਨ ਚਲਾਇਆ ਹੈ, ਬਹੁਤ ਸ਼ੁਕਰੀਆ, ਚੰਗੀ ਮਦਦ ਦੇ ਰਹੇ ਨੇ ਸਾਨੂੰ। ਵਧੀਆ ਉਪਰਾਲਾ ਹੈ ਸਰ, ਬਹੁਤ ਵਧੀਆ। ਇਸ ਦੇ ਹੈਲਮਟ ਦੇ ਬਹੁਤ ਫਾਇਦੇ ਨੇ ਆਪਾਂ ਨੂੰ, ਕੰਮ ਤੋਂ ਰੋਕਦਾ, ਕੋਈ ਐਕਸੀਡੈਂਟ ਹੋ ਜਾਂਦਾ ਉਹਦੇ ਤੋਂ ਆਪਣਾ ਬਚਾਓ ਹੁੰਦਾ, ਬਹੁਤ ਵਧੀਆ ਉਪਰਾਲਾ ਹੈ ਸਰ।